ਬਿੱਲ ਪਾਸ ਕਰਵਾਇਆ ਕੈਬਨਿਟ ਬਹਿ ਕੇ ਇਹ ਨਕਲੀ ਹੈ ਇਹ ਬਿੱਲ ਪਾਸ ਕਰਵਾਇਆ ਇਹਨਾਂ ਨੇ ਕੈਬਨਿਟ ਮੇ ਝੂਠ ਬੋਲ ਰਿਹਾ ਕਹਿੰਦੇ ਮੈਂ ਮੰਤਰੀ ਹਾਂ ਤੁਸੀਂ ਕੈਬਨਿਟ ਦੇ ਮੰਤਰੀ ਸੀ ਜਿੰਦਾਬਾਦ ਜਿੰਦਾਬਾਦ ਸੁਣੋ ਸੁਣੋ ਭਾਈ ਸੁਣੋ ਸੁਣੋ ਬਿੱਲ ਪਾਸ ਕਰਵਾਇਆ ਕੈਬਨਿਟ ਬਹਿ ਕੇ ਤੁਸੀਂ ਬਿੱਲ ਕਰਵਾਇਆ ਪਾਸ ਕਰਨਾ ਤੁਸੀਂ ਪਹਿਲਾਂ ਕਹੋ ਨੋ ਇਹ ਨਕਲੀ ਹੈ ਇਹ ਬਿੱਲ ਪਾਸ ਕਰਵਾਇਆ ਇਹਨਾਂ ਨੇ ਕੈਬਨਿਟ ਮੇ ਕਰਾਇਆ ਕਿ ਨਹੀਂ ਕਰਾਇਆ ਤੁਸੀਂ ਕੈਬਨਿਟ ਸੀ ਜਾਂ ਨਹੀਂ ਹੋ ਮੰਤਰੀ ਸੀ ਝੂਠ ਬੋਲ ਰਿਹਾ ਕਹਿੰਦੇ ਮੈਂ ਮੰਤਰੀ ਹਾਂ ਤੁਸੀਂ ਕੈਬਨਿਟ ਦੇ ਮੰਤਰੀ ਸੀ ਝੂਠ ਬੋਲ ਰਹੇ ਹੋ ਉਰੇ ਡਰਾਮਾ ਕਰ ਰਹੇ ਹੋ ਅਸਤੀਫਾ ਪਹਿਲਾਂ ਦਿੱਤਾ ਅਸਤੀਫਾ ਬਾਅਦ ਦਿੱਤਾ ਪਹਿਲਾਂ ਇਹ ਬਿਲਕੁਲ ਕੈਬਨਿਟ ਮੰਤਰੀ ਸੀ ਉਦੋਂ ਰੱਦ ਕਰੋ ਰੱਦ ਕਰੋ ਏਕਤਾ ਜ਼ਿੰਦਾਬਾਦ 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 ਏਕਤਾ ਜ਼ਿੰਦਾਬਾਦ ਪੂਰੀ ਕਰੋ ਪੂਰੀ ਕਰੋ ਕਿਸਾਨ ਏਕਤਾ ਜ਼ਿੰਦਾਬਾਦ ਪੂਰੀ ਕਰੋ ਪੂਰੀ ਕਰੋ ਚਲੋ ਯਾਰ ਝੂਠ ਬੋਲਦੇ ਆ ਕਿਸਾਨ ਏਕਤਾ ਜ਼ਿੰਦਾਬਾਦ ਮੋਦੀ ਜੀ ਤੋਮਰ ਦੇ ਨਾਲ ਬੈਠੇ ਸੀ ਨਾਲ ਬੀਐਸਪੀ ਇਹ ਬਿੱਲ ਪਾਸ ਕਰਾਉਣ ਵਾਲੇ ਆ ਕੈਬਨਿਟ ਮੰਤਰੀ ਸੀ ਜੇ ਸੱਚਾ ਝੂਠਾ ਬੋਲੋ ਤੁਸੀਂ ਇਹ ਬੋਲੋ ਸੱਚਾ ਝੂਠਾ ਕੈਬਨਿਟ ਮੰਤਰੀ ਬਿੱਲ ਪਾਸ ਕਰਾ ਕੇ ਦਿਆ ਬਿੱਟੂ ਭਾਈ ਸਟੀਫਾ ਕਰ ਦਿਆ ਬਿੱਲ ਪਾਸ ਕਰਾ ਕੇ ਦਿਆ ਨਹੀਂ ਪਹਿਲੇ ਦਿਆ ਪਹਿਲੇ ਦਿਆ ਪਹਿਲੇ ਦਿਆ 2 ਮਹੀਨੇ ਲਗਾਤਾਰ ਬਿੱਲ ਦੇ ਹੱਕ ਦੇ ਬੋਲ ਕੇ ਰਹੇ 2 ਮਹੀਨੇ ਬੜੇ ਬਾਦਲ ਸਾਹਿਬ ਛੋਟੇ ਬਾਦਲ ਸਾਹਿਬ ਅੱਜ ਕਿੱਥੇ ਨੇ 5 ਦਿਨ ਬਾਦਲ ਸਾਹਿਬ ਹੋ ਗਏ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਗਾਇਬ ਨੇ 5 ਦਿਨਾਂ ਦਾ ਪਾਰਲੀਮੈਂਟ ਦੱਸੋ ਕਿੱਥੇ ਆ ਅਸੀਂ ਮੇਰੀ ਪਹਿਲੀ ਸਪੀਚ ਸੀ ਕੈਬਨਿਟ ਮੰਤਰੀ ਸੀ ਵਿੱਚ ਉਹ ਵੀ ਕੈਬਨਿਟ ਮੰਤਰੀ ਬਿਲਕੁਲ ਝੂਠ ਝੂਠ ਕੈਬਨਿਟ ਮੰਤਰੀ ਸੀ ਵਿੱਚ ਉਹਨੇ ਡਰਾਮਾ ਕਰ ਦਿਆ ਖੜੇ ਹੋ ਕੇ ਕੈਬਨਿਟ ਮੰਤਰੀ ਵਿਰੋਧੀ ਸਰਕਾਰ ਸ਼ਰਮ ਸਭ ਦਾ ਪਰਦਾ ਫਾਸ ਹੋ ਜਾਏਗਾ ਝੂਠ ਬੋਲ ਕੇ ਪੁੱਛੋ ਮੰਤਰੀ ਸੀ ਜਾਂ ਨਹੀਂ ਕੈਬਨਿਟ ਸੀ ਜਾਂ ਨਹੀਂ ਹੈ ਉਹਨੇ ਡਰਾਮਾ ਕਰਦੇ ਆ ਕੇ ਇਹ ਤਾਂ ਮਾਰਨ ਵਾਲੇ ਆ ਕਿਸਾਨਾਂ ਨੂੰ ਇਹਦਾ ਬਿੱਲ ਪਾਸ ਕਰਾਉਣ ਵਾਲੇ ਉਹਨੇ ਡਰਾਮਾ ਕਰਦੇ ਖੜ ਕੇ ਪਾਰਲੀਮੈਂਟ ਦੇ ਬਾਹਰ ਬਿਲਕੁਲ ਝੂਠੇ ਨੇ ਏਜੰਟ ਬਣੇ ਹੋਏ ਹੈ ਭਾਜਪਾ ਕੇ ਏਜੰਟ ਕੋ ਦੇਖ ਲੋ ਆਪ ਕਹਾਂ ਸੁਖਬੀਰ ਬਾਦਲ ਇਨਕੇ ਪ੍ਰੈਜ਼ੀਡੈਂਟ ਪੁੱਛੋ ਕਹਾਂ ਹੈ ਪਾਰਟੀ 5 ਦਿਨ ਹੋ ਗਏ ਕਹਾਂ ਇਨਕੇ ਪ੍ਰਧਾਨ ਇੱਕ ਦਿਨ ਵੀ ਪ੍ਰਧਾਨ ਇਹਨਾਂ ਦੇ ਪੰਜਾਬ ਦੇ ਨੇ ਇੱਕ ਦਿਨ ਵੀ ਤੁਹਾਡੇ ਸੁਖਬੀਰ ਸਿੰਘ ਬਾਦਲ 5 ਦਿਨ ਹੋ ਗਏ ਗਾਇਬ ਨੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਸ਼ਰਮ ਕਰੋ ਸਰਕਾਰ ਕੇ 85 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ 'ਤੇ